ਮੈਂ ਤਾਂ ਢਿੱਲਾਂਗਾ ਟੂਹੀ ਚ ਦਰਦ ਹੋ ਕੇ ਢਿੱਡ ਚ ਦਰਦ ਆਉਂਦਾ ਸੀ ਜੀ ਡਾਕਟਰ ਨੇ ਕੋਈ ਸੁਣੀ ਕਿੰਨੀ ਲੱਗੀ ਕਿਹੜੀ ਸੁਣੀ ਹੈ ਮੇਰੀ ਜੇ ਸੁਣੀ ਹੁੰਦੀ ਅੱਜ ਮੈਂ ਇੱਥੇ ਹੁੰਦਾ ਤੁਹਾਡੇ ਕੋਲੋਂ ਕਿੰਨੇ 120 ਰੁਪਏ ਲਏ ਜੀ ਨਾ ਜੀ 240 ਰੁਪਏ ਲਏ ਤੇ ਜੀ ਹਾਂਜੀ ਹਾਂਜੀ ਇਹ ਦਿਨ ਦਾ ਕਢਾ ਲਓ ਜੀ ਇਹਨਾਂ ਤੋਂ ਜੀ ਇੱਥੇ ਭਰੇ ਨੇ ਟਾਕੀ ਚ ਦੱਸੋ ਜੀ 240 ਰੁਪਏ ਭਰੇ ਨੇ ਟਾਕੀ ਜੀ ਚ ਹਾਰ ਕੇ ਸੰਗਰੂਰ ਮਖਾ ਇੱਥੇ ਕਾਹਨੂੰ ਧੱਕੇ ਖਾਣਾ ਕੱਲ੍ਹ ਸੰਗਰੂਰੋਂ ਕਰਾ ਕੇ ਆਇਆ ਅੱਜ ਤੁਰਦਾ ਹੋਇਆ ਜੀ ਉਹਨੇ ਉਹ ਲਾਤੀ ਦਵਾਈ ਲਾਤੀ ਉਹ ਇੱਥੇ ਆਉਂਦਾ ਸੀ ਮੈਂ ਆਖਿਆ ਜੀ ਅੱਜ ਮੈਨੂੰ ਰਾਤ ਤੱਕ ਟਾ ਦਿਉ ਨਾਲ ਮੈਂ ਇੱਥੋਂ 10 ਵਜੇ ਗਿਆ ਜੀ 7 ਕਿਲੋਮੀਟਰ ਤੇ ਪਿੰਡ ਹੈ ਜੀ ਕੁਰਸੀ ਤੋਂ ਮੇਰੀ ਢੂਹੀ ਤੱਕ ਹੱਥ ਨਹੀਂ ਲਾਇਆ ਇਹਨਾਂ ਨੇ ਕੀ ਕਰਿਆ ਪਾ ਕੇ ਮੈਨੂੰ ਉੱਤੋਂ ਲੈ ਕੇ ਹੱਡੀ ਤੇ ਕਹਿੰਦਾ ਤੇਰੀਆਂ ਆਹ ਦਬੀ ਹੋਈ ਆ ਤੈਂ ਬਾਜਣ ਚੱਕਿਆ ਤੀ ਮਹਾਂ ਜੀ ਉੱਤੋਂ ਡਿੱਗ ਪਿਆ ਤੀ ਮੈਂ ਹਾਂ ਹਾਂਜੀ ਆਹ ਕੱਲ ਵਾਲੇ ਨੇ ਆਹ ਦੇਖ ਲਓ ਜੀ ਹੁਣ ਉਹ ਹਟਾਤਾ ਇਹਨਾਂ ਨੂੰ ਜੀ ਮੈਂ ਆਖਿਆ ਮੈਂ ਜੀ ਕੁਰਸੀ ਤੋਂ ਉੱਠ ਕੇ ਦੇਖਤਾ ਲਓ ਮੇਰੀ ਢੂਹੀ ਨੂੰ ਇੱਕ ਮਿੰਟ ਜੀ ਆਹ ਪਰਚੀ ਤੇ ਮੈਨੂੰ ਤਾਂ ਜੀ ਆਉਂਦਾ ਨਹੀਂ ਇਹ ਤੇ ਮੇਰਾ ਖਿਆਲ 200 ਲਿਖੇ ਨੇ ਕਹਿੰਦੀ ਆਹ ਪਰਚੀ ਅੰਦਰੋਂ ਟੀਕੇ ਲਵਾਉਣ ਨੂੰ ਫੇਰ ਲਵਾ ਲੈ ਪਤਾ ਨਹੀਂ ਇੱਧਰ ਲਿਖਿਆ ਹੋਇਆ ਜੀ 280 ਪਤਾ ਨਹੀਂ 10 ਪੈਸੇ ਨਹੀਂ ਲਿਖੇ ਹੋਏ ਇਹਦੇ ਤੇ ਦਵਾਈ ਲਿਖੀ ਹੋਈ ਹੈ ਜੀ ਇਹ ਦਵਾਈ ਤੁਹਾਨੂੰ ਇੱਥੋਂ ਮਿਲੀ ਨਹੀਂ ਹੈ ਨਾ ਪੈਸੇ ਭਰ ਭਰਾਉਣ ਦਿੱਤੇ ਜੀ ਆਹ ਡਾਕਟਰ ਨੀਤੀ ਜੀ ਇਹਨੇ ਲਿਖੇ ਮੈਂ ਆਖਿਆ ਜੀ ਮਾਂ ਸਰਕਾਰੀ ਤਾਂ ਜੀ ਹਸਪਤਾਲ ਹੈ ਹਾਂਜੀ ਉਹ ਉਹਨੂੰ ਬੁਲਾਓ ਜੀ ਇੱਥੇ ਫਿਰ ਉਹਦੇ ਨਾਲ ਤਾਂ ਜੀ ਮੈਂ ਊਂ ਵੀ ਹੋ ਗਿਆ ਮੈਂ ਕਿਹਾ ਜੀ ਫਿਰ ਇਹ ਤਾਂ ਜੀ ਹੁਣ ਪ੍ਰਾਈਵੇਟ ਹੀ ਕਹਿ ਦਿਓ ਵੀ ਇਹ ਸਰਕਾਰੀ ਨਹੀਂ ਹੈਗਾ ਪ੍ਰਾਈਵੇਟ ਹੈ ਤਾਂ ਹਾਂ ਹੁਣ ਹੀ ਬੁਲਾਓ ਜੀ ਉਹਨੂੰ ਗੱਡੀ ਚ ਬਹਿ ਕੇ ਭੱਜ ਗਈ ਤੂੰ ਸਰ ਹੀ ਵਾਸ ਸੇਇੰਗ ਕਿ ਮੈਨੂੰ ਆਈ ਵੀ ਫਲੂਇਡਸ ਚਾਹੀਦੇ ਆ ਜਿਵੇਂ ਸਿਕਰੋਮੈਟਰੋ ਅਤੇ ਐੱਨ ਐੱਸ ਲਗਾਓ ਮੈਂ ਕਿਹਾ ਸੀ ਬਾਬਾ ਜੀ 180 ਰੁਪਏ ਦੀ ਫਾਈਲ ਬਣੇਗੀ 180 ਲੈ ਦੇਖ ਲਓ ਜੀ 180 ਰੁਪਏ ਫਿਰ ਮੈਂ ਤਾਂ ਜੀ ਸਰਕਾਰੀ ਚੀਜ਼ ਉਹ ਤਾਂ ਪ੍ਰਾਈਵੇਟ ਦੇ ਵਗ ਗਿਆ ਦਵਾਈ ਦਾ ਕੋਈ ਪੈਸਾ ਨਹੀਂ ਹੈ ਬਾਪੂ ਜੀ ਉਹ ਤੁਸੀਂ ਉਹਨੂੰ ਕਹਿਣਾ ਮੈਨੂੰ ਗਲੂਕੋਜ਼ ਲਾਓ ਜਿਹਦੀ ਕੋਈ ਲੋੜ ਨਹੀਂ ਸੀ ਉਹਨਾਂ ਨੇ ਕਿਹਾ ਸੀ ਜੇ ਗਲੂਕੋਜ਼ ਲਾਉਣਾ ਤਾਂ ਦਾਖਲ ਹੋਣਾ ਪਏਗਾ ਦਾਖਲ ਹੋਣ ਦੀ ਫੀਸ ਦਾਖਲ ਵਾਸਤੇ ਤਾਂ ਜੀ ਮੈਂ ਜ਼ੋਰ ਲਾ ਲਿਆ ਮੈਂ 7 ਕਿਲੋਮੀਟਰ ਤੇ ਰਾਤ ਨੂੰ 10 ਵਜੇ ਗਿਆ ਪੁੰਨਾ ਵਾਲੇ ਇੱਥੋਂ 7 ਕਿਲੋਮੀਟਰ ਹੈ ਜੀ ਤੁਸੀਂ ਐਡਮਿਟ ਹੋਣਾ ਚਾਹੁੰਦੇ ਹੋ ਹੁਣ ਵੀ ਦਾਖਲ ਹੋਣਾ ਚਾਹੁੰਦੇ ਹੋ ਹੁਣ ਤਾਂ ਜੀ ਮੈਂ ਇਹਦੀ ਇਹਨੇ 10 ਦਿਨਾਂ ਦੀ ਮੈਨੂੰ ਉਹ ਕਰਤੀ ਜੀ ਮੈਂ ਕੁਛ ਲੋਟ ਹਾਂ ਜੀ ਹੁਣ ਦੀ ਦਵਾਈ ਤਾਂ ਜੀ ਮੈਂ ਆਹ ਲਈ ਫਿਰ ਹਾਂਜੀ ਉਹਨਾਂ ਨੇ ਆਹ ਖੁਰਾਕ ਉਹ ਤਾਂ ਜੀ ਸੰਗਰੂਰ ਵਾਲੀ ਹੈ ਆਹ ਜੀ ਹੁਣ ਮੈਂ ਇੱਕ ਖੁਰਾਕ ਮੈਂ ਨਾਲ ਲਈ ਫਿਰਦਾ ਬਾਕੀ ਘਰੇ ਪਈਆਂ ਨੇ ਜੇ ਪੇਸ਼ੈਂਟ ਕਹਿੰਦਾ ਜ਼ਿਆਦਾ ਦੂਰ ਹੋਣੇ ਸਿਰਫ 15-20 ਦਿਨ ਦੀ ਚਲੋ ਤੁਸੀਂ ਦਵਾਈ ਤੁਹਾਨੂੰ ਇੱਥੋਂ ਮਿਲੇਗੀ ਸਾਰੀ ਜੀ ਹਸਪਤਾਲ ਦੇ ਅੰਦਰ ਮਿਲੇਗੀ ਦਵਾਈ ਮੁੱਲ ਲੈਣ ਦੀ ਲੋੜ ਨਹੀਂ ਹੈ ਆਹ ਪਰਚੀ ਤੇ ਤਾਂ ਜੀ ਦਿੱਤੀ ਨਹੀਂ ਆ ਦੇਖੋ ਬਾਪੂ ਜੀ ਕੁਛ ਇੱਕ ਚਾਰ ਸੇ ਜਿਹੜੀ ਪੁਰਾਣੀਆਂ ਸਰਕਾਰਾਂ ਦਾ ਜਦੋਂ ਬਣਿਆ ਹੋਇਆ ਕਾਨੂੰਨ ਅਸੀਂ ਹੌਲੀ ਹੌਲੀ ਉਹਨਾਂ ਨੂੰ ਖਤਮ ਕਰ ਰਹੇ ਹਾਂ ਜਿਵੇਂ ਟੋਲ ਮੈਨੂੰ ਕਹਿੰਦੀ ਜੀ ਅਨਪੜ੍ਹ ਆ ਜਾਂਦੇ ਨੇ ਮੈਂ ਆਖਿਆ ਮੇਰੀ 77 'ਚ ਮੈਟ੍ਰਿਕ ਕਰੀ ਹੋਈ ਹੈ ਭਾਈ ਉਦੋਂ ਤੇਰਾ ਜਨਮ ਹੋਇਆ ਹੋਊ ਦੇਖੋ ਮੈਂ ਕੋਈ ਦੇਖੋ ਪਾਸ ਕਰ ਦਿੰਦਾ ਦੇਖੋ ਜਦੋਂ ਪੇਸ਼ੈਂਟ ਆਉਂਦਾ ਨਾ ਜੀ ਉਹਦੇ ਨਾਲ ਜੇ ਆਪਾਂ ਪਿਆਰ ਨਾਲ ਗੱਲ ਕਰ ਲਈਏ ਨਾ ਜੀ ਮੁੱਖ ਮੰਤਰੀ ਤੁਹਾਨੂੰ ਕਾਹਦੀ ਚਿੰਤਾ ਉਹਨਾਂ ਨੇ ਮੈਨੂੰ ਕੋਠੀ ਦਿੱਤੀ ਹੈ ਜੀ ਉਹਦੇ ਨਾਲ ਹੀ ਆਪਣੇ
ਨਾਲ ਹੀ ਹੁੰਦਾ ਕੋਈ ਨਹੀਂ ਬਾਬਾ ਜੀ ਤੁਹਾਨੂੰ ਦਵਾਈ ਸਾਰੀ ਮਿਲੇਗੀ ਦਵਾਈ ਦਿਓ ਜੀ ਥੋੜ੍ਹਾ ਜਿਹਾ ਪਿਆਰ ਨਾਲ ਦੇਖੋ ਨਾਮ ਤਾਂ ਜੀ ਮੁਲਕ ਸਿੰਘ ਹੈ ਬਾਬਾ ਜੀ ਅੱਜ ਹਸਪਤਾਲ 'ਚ ਸਿਹਤ ਮੰਤਰੀ ਜੀ ਆਏ ਸੀਗੇ ਦੌਰਾ ਕੀਤਾ ਕਿਵੇਂ ਲੱਗਿਆ ਤੁਸੀਂ ਵੀ ਆਪਣੀ ਮੁਸ਼ਕਿਲਾਂ ਦੱਸੀਆਂ ਮੰਤਰੀ ਸਾਹਿਬ ਤਾਂ ਵਧੀਆ ਲੱਗੇ ਵਿਚਾਰਾ ਹਾਂ ਵਧੀਆ ਸੁਣੀ ਗੱਲਬਾਤ ਆ ਤੁਸੀਂ ਕੀ ਉਹਨਾਂ ਕੋਲ ਕੀ ਮੁਸ਼ਕਿਲਾਂ ਲੈ ਕੇ ਪਹੁੰਚੇ ਹਾਂਜੀ ਕੀ ਮੁਸ਼ਕਿਲਾਂ ਲੈ ਕੇ ਪਹੁੰਚੇ ਤੁਸੀਂ ਮੁਸ਼ਕਿਲਾਂ ਤਾਂ ਕਈ ਦਿਨਾਂ ਤੋਂ ਇੱਥੇ ਹੈਰਾਨ ਹੁੰਦਾ ਜਾਂਦਾ ਸੀ ਕੋਈ ਦਵਾਈ ਨਹੀਂ ਸੀ ਕੋਈ ਡਾਕਟਰ ਨਹੀਂ ਪੁੱਛਦਾ ਸੀ ਕੋਈ ਘੰਟਾ ਆਰਾਮ ਕਰਨ ਨੂੰ ਵੀ ਨਹੀਂ ਕਹਿੰਦਾ ਸੀ ਵੀ ਆਹ ਬੈੱਡ 'ਤੇ ਹੈ ਨਹੀਂ ਬੈੱਡ ਤਾਂ ਵੀ ਮੈਂ ਆਖਿਆ ਇੱਕ ਦਿਨ ਰਾਤ ਨੂੰ 10 ਵੱਜ ਗਏ ਮੈਂ ਚੱਲ ਹੁਣ ਕਿੱਥੇ ਜਾਊਂਗਾ 7 ਕਿਲੋਮੀਟਰ 'ਤੇ ਪਿੰਡ ਹੈ ਮੈਂ ਚੱਲ ਜੀ ਇੱਥੇ ਮੈਂ ਪੈ ਜਾਣਾ ਕਿਸੇ ਡਾਕਟਰ ਨੇ ਵੀ ਕੋਈ ਦੁਰਵਿਹਾਰ ਕੀਤਾ ਤੁਹਾਡੇ ਨਾਲ ਕਿਸੇ ਨੇ ਦੁਰਵਿਹਾਰ ਜਦੋਂ ਅੰਦਰ ਤੱਕ ਇਹਨੇ ਪੁੱਛਿਆ ਹੀ ਨਹੀਂ ਮਰੀਜ਼ਾਂ ਨੂੰ ਕਿਸੇ ਨੂੰ ਤਕਲੀਫ ਨਹੀਂ ਆਊਗੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਉਸ ਹਿਸਾਬ ਨਾਲ ਤਾਂ ਹੁਣ ਇਹਨਾਂ ਨੂੰ ਵੀ ਸੁਧਰਨਾ ਚਾਹੀਦਾ